ਕਹਿਣਾ ਚਾਹੁੰਦੇ ਹੋ? ਇਹ ਜਿਹੜੀ ਦੇਸ਼ ਦੀ ਭਾਵਨਾ ਦੇ ਨਾਲ ਅੱਜ ਕੱਲ੍ਹ ਪੋਲਿਟਿਕਸ ਹੋ ਰਹੀ ਹੈਗੀ ਹੈ ਜੀ, ਇਹ ਸਾਰਾ ਹਿੰਦੁਸਤਾਨ ਅੱਜ ਮਹਿੰਗਾਈ ਦੀ ਮਾਰ ਦੇ ਥੱਲੇ ਦਬਿਆ ਹੋਇਆ। ਅੱਜ ਭਾਵੇਂ ਆਪਣਾ ਸਿਲੰਡਰ ਹੈਗਾ 1100 ਤੋਂ ਵੱਧ ਹੋ ਗਿਆ ਜੀ, ਅੱਜ ਪੈਟਰੋਲ ਡੀਜ਼ਲ ਦੇ ਜਿਹੜੇ ਭਾਅ ਹੈ ਉਹ ਆਕਾਸ਼ ਨੂੰ ਛੂ ਰਹੇ ਹੈ। ਜਿਹੜੀ ਸਾਡੀ ਇਕਨੋਮੀ ਹੈ ਅੱਜ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ 80 ਰੁਪਈਏ ਤੋਂ ਉੱਪਰ ਪਹਿਲੀ ਵਾਲੀ ਡਾਲਰ ਹੋ ਗਿਆ। ਸਾਡਾ ਜਿਹੜਾ ਫਿਜ਼ੀਕਲ ਡੈਫਿਸਿਟ ਹੈ ਉਹ ਰੋਜ਼ ਵਧੀ ਜਾ ਰਿਹਾ ਹੈ, ਅਤੇ ਸਾਡਾ ਬਿਲਕੁਲ ਜਿਹੜਾ ਗੁਆਂਢੀ ਦੇਸ਼ ਅੱਜ ਜਿਹੜੀ ਉਹ ਮਾਰ ਸਾਰੇ ਦੁਨੀਆ ਦੇ ਵਿੱਚ ਦੇਖ ਰਹੇ ਹਾਂ ਲੋਕ ਸ਼੍ਰੀਲੰਕਾ ਦੀ, ਅੱਜ ਅਸੀਂ ਉਹ ਪਦ ਚਿੰਨ੍ਹਾਂ 'ਤੇ ਉਹਦੇ ਚੱਲਦੇ ਹੋਏ ਹਿੰਦੁਸਤਾਨ ਬਰਬਾਦੀ ਦੀ ਲੀਕਾਂ ਦੇ ਉੱਤੇ ਜਿਹੜਾ ਚੱਲਦਾ ਹੈ। ਸਾਡੇ ਪ੍ਰਧਾਨ ਮੰਤਰੀ BJP ਦੀ ਜਿਹੜੀ ਸਰਕਾਰ ਹੈ ਉਹਦੇ ਵੱਲ ਤਵੱਜੂ ਨਾ ਦੇ ਕੇ, ਪਰ ਇੱਕ ਦਵੇਸ਼ ਦੀ ਭਾਵਨਾ ਨਾਲ ਪੋਲੀਟੀਕਲ ਵਿੰਡੇਟਾ ਦੇ ਨਾਲ ਜਿਹੜੇ ਹਰ ਰੋਜ਼ ਹਰ ਮਹੀਨੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਜਿਹੜੇ ਇੰਨੀ ਗੰਭੀਰ ਬਿਮਾਰੀ ਦੇ ਬਾਵਜੂਦ ਵੀ ਕੱਲ੍ਹ ਵੀ ਉੱਥੇ ਪੇਸ਼ ਹੋਏ ਸੀਗੇ ਰਾਹੁਲ ਗਾਂਧੀ ਜੀ, ਅਗਰ ਉਹਦੇ ਵਿੱਚ ਕੋਈ ਵੀ ਤੱਥ ਸੱਚ ਹੁੰਦਾ ਤਾਂ ਹਾਲੇ ਤੱਕ FIR ਦਰਜ ਹੁੰਦੇ। 8 ਸਾਲ ਹੋ ਗਏ ਹੈਗੇ ਆ, ਬਟ ਲੋਕਾਂ ਦਾ ਇਹ ਭਟਕਾਉਣ ਵਾਸਤੇ ਇਹ ਸਿਰਫ ਇੱਕ ਦਵੇਸ਼ ਦੀ ਭਾਵਨਾ ਨਾਲ ਕਿ ਲੋਕ ਉਸ ਵੱਲ ਤਵੱਜੂ ਨਾ ਦੇਣ। ਅਸੀਂ ਉਹ ਸਰਕਾਰ ਦੇ ਸੈਂਟਰ ਸਰਕਾਰ ਦੇ ਉਹਨਾਂ ਨੂੰ ਇਹ ਦਿਖਾਉਣਾ ਚਾਹੁੰਦੇ ਕਿ ਲੋਕ ਅੱਜ ਵੀ ਉਸ ਪਰਿਵਾਰ ਦੇ ਨਾਲ ਕਾਂਗਰਸ ਪਾਰਟੀ ਦੇ ਨਾਲ ਖੜ੍ਹੇ ਹੈਗੇ ਆ, ਅਤੇ ਅੱਜ ਇਹ ਸਾਰਾ ਕਾਂਗਰਸ ਪਾਰਟੀ ਦਾ ਪਰਿਵਾਰ ਜਿਹੜਾ ਹੈਗਾ ਉਹ DC ਨੂੰ ਜਾ ਕੇ ਇਹ ਮੈਮੋਰੈਂਡਮ ਨਾ ਕੇਵਲ ਇੱਥੇ ਪਰ ਹਿੰਦੁਸਤਾਨ ਦੇ ਹਰ ਜ਼ਿਲ੍ਹੇ ਦੇ ਵਿੱਚ ਇਹ ਪ੍ਰੋਗਰਾਮ ਮਿੱਥਿਆ ਗਿਆ। ਕੱਲ੍ਹ ਇਹ ਚੰਡੀਗੜ੍ਹ ਦੇ ਵਿੱਚ ਮਿੱਥਿਆ ਗਿਆ ਸੀ, ਅਤੇ ਹਰ ਪੰਜਾਬ ਦੇ ਡਿਸਟ੍ਰਿਕਟ ਹਰ ਪੰਜਾਬ ਦੇ ਸੂਬੇ ਦੇ ਵਿੱਚੋਂ ਵੱਖ ਵੱਖ ਥਾਵਾਂ ਤੋਂ ਲੋਕ ਜਿਹੜੇ ਕਾਂਗਰਸ ਦੇ ਨਾਲ ਪਿਆਰ ਕਰਦੇ ਹੈਗੇ ਉੱਥੇ ਇਕੱਤਰ ਹੋਏ ਸੀਗੇ, ਅਤੇ ਇੱਕ ਬਹੁਤ ਵਿਸ਼ਾਲ ਇਕੱਠ ਦੇ ਵਿੱਚ ਉਹਨਾਂ ਨੇ ਕੱਲ੍ਹ ਅਸੀਂ ਪ੍ਰਦਰਸ਼ਨ ਕੀਤਾ ਸੀ। ਉਂਝ ਉਸ ਤਰਜ਼ ਦੇ ਉੱਤੇ ਅੱਜ ਅਸੀਂ DC ਦਫ਼ਤਰ ਚੱਲੇ। ਕੀ ਰਿਹਾ ਕਿ ਜਿਹੜੀ BJP ਆ ਉਹ ਸੰਸਥਾਵਾਂ ਨੂੰ ਮਿਸਯੂਜ਼ ਕਰਦੀ, ਚਾਹੇ ED ਹੋਈ, ਚਾਹੇ CBI ਹੋਈ, ਚਾਹੇ ਹੋਰ ਸੰਸਥਾਵਾਂ ਪਿੱਛੇ ਜਾ। ਅੱਜ ਦਾ ਜਿਹੜਾ ਧਰਨਾ ਕਿਸੇ ਪਾਰਟੀਕੁਲਰ ਇੰਡੀਵਿਜੁਅਲ ਲਈ ਨਹੀਂ ਸੀਗਾ, ਲੇਕਿਨ ਇਹ ਦੇਸ਼ ਦੀਆਂ ਉਹ ਸੰਸਥਾਵਾਂ ਨੂੰ ਬਚਾਉਣ ਦੀ ਗੱਲ। ਸੋ ਉਹ ਜੇ ਅਸੀਂ ਬਚਾ ਲਾਂਗੇ ਤਾਂ ਦੇਸ਼ ਜਿਹੜਾ ਉਹ ਠੀਕ ਪਾਸੇ ਤੱਕ ਹੋਊਗਾ। ਉਹਦੇ ਲਈ ਜਿਹੜਾ ਕੱਲ੍ਹ ਵੀ ਅਸੀਂ ਧਰਨਾ ਪ੍ਰਦਰਸ਼ਨ ਸਟੇਟ ਲੈਵਲ 'ਤੇ ਕੀਤਾ ਸੀ, ਅਤੇ ਅੱਜ ਜਿਹੜਾ ਜ਼ਿਲ੍ਹਾ ਪ੍ਰਦਰਸ਼ਨ। ਸਰ ਗੱਲ ਕਰੀਏ ਕਿ ਬੀਤੇ ਦਿਨੋਂ ਸਿਮਰਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਜੀ ਨੂੰ ਅੱਤਵਾਦੀ ਕਿਹਾ ਗਿਆ, ਕੀ ਕਹਿਣਾ ਚਾਹੋਗੇ ਇਸ ਬਾਰੇ? ਸਰ ਦੇਖੋ, ਮੈਨੂੰ ਇਹਦੇ 'ਤੇ ਕਮੈਂਟ ਕਰਨਾ ਨਹੀਂ ਚਾਹੀਦਾ ਸਮੇਂ 'ਤੇ, ਕਿਉਂਕਿ ਸ਼ਹੀਦ ਭਗਤ ਸਿੰਘ ਨੂੰ ਸਾਨੂੰ ਡਿਸਕਸ਼ਨ 'ਚ ਨਹੀਂ ਲਿਆਉਣਾ ਚਾਹੀਦਾ, ਕਿਉਂਕਿ ਇੱਕ ਸੋਚ ਸੀ। ਬਹੁਤ ਬੰਦਿਆਂ ਦੀ ਸੋਚ ਤਾਂ ਉੱਥੇ ਤੱਕ ਪਹੁੰਚਦੀ ਵੀ ਨਹੀਂ ਹੈ, ਅਤੇ ਕਈ ਵਾਰੀ ਕਮੈਂਟ ਕਰਨ ਲੱਗੇ ਮੇਰੇ ਵਰਗੇ ਇਹੋ ਜਿਹਾ ਕਮੈਂਟ ਕਰ ਜਾਂਦੇ ਆ ਜਿਹਨਾਂ ਨੂੰ ਉਸ ਸੋਚ ਦੀ ਸਮਝ ਹੀ। ਸੋ ਉਹ ਅਨਡਿਸਪਿਊਟਡ ਜਿਹੜਾ ਸ਼ਹੀਦ ਹੈ ਸਾਨੂੰ ਡਿਸਕਸ਼ਨ ਦੇ ਵਿੱਚ ਵੀ ਨਹੀਂ ਲੈ ਕੇ ਆਉਣਾ ਚਾਹੀਦਾ। ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਹੋਰ ਗੱਲਾਂ ਕਰ ਲਿਆ ਕਰੋ, ਪਰ ਸ਼ਹੀਦ ਭਗਤ ਸਿੰਘ ਦੀ ਗੱਲ 'ਤੇ ਡਿਸਕਸ਼ਨ ਵੀ ਨਹੀਂ ਲੈ। ਸਰ ਜਿਵੇਂ ਤੁਹਾਡੇ ਵੱਲੋਂ ਕਿਹਾ ਗਿਆ ਜਿਹੜਾ ਕਿ ਧਰਨੇ ਵਿੱਚ ਹਰ ਇੱਕ ਬੰਦੇ ਨੂੰ ਬੰਦੇ ਨਾਲ ਲੈ ਕੇ ਆਉਣਾ ਚਾਹੀਦਾ, ਪਰ ਵਿਧਾਇਕ ਬਾਬਾ ਹੈਨਰੀ ਜੀ ਆਏ ਆਪਣੀ ਟੀਮ ਨਾਲ ਆਈ ਹੈ, ਰਿੰਕੂ ਜੀ ਆਏ ਆਪਣੀ ਟੀਮ ਨਾਲ ਲੈ ਕੇ, ਤੁਹਾਡੀ ਪਹੁੰਚੀ 'ਚੋਂ ਕਿੰਨੇ ਬੰਦੇ ਤੁਸੀਂ ਨਾਲ ਲੈ ਕੇ ਹਾਜ਼ਰ ਹੋਏ? ਦੇਖੋ, ਮੈਂ ਲਗਭਗ 50-60 ਬੰਦੇ ਆਏ ਹੈਗੇ ਆ, ਮੈਂ ਉਹਨਾਂ ਨੂੰ ਵੀ ਤਾੜਨਾ ਕੀਤੀ ਆ, ਇਹ ਨਹੀਂ ਹੈ, ਮੈਂ ਓਵਰਆਲ ਹੀ ਤਾੜਨਾ ਕੀਤੀ ਆ ਵੀ ਜਿਹੜਾ ਜੇ ਕਿਸੇ ਨੇ ਇੱਦਾਂ ਦੀ ਸੋਚ ਰੱਖਦਾ ਹੈਗਾ ਤਾਂ ਕੋਈ ਗੱਲ ਨਹੀਂ, ਆਪਾਂ ਨਵੀਂ ਟੀਮ ਬਣਾਵਾਂਗੇ, ਉਹਦੇ 'ਚ ਕੀ ਪ੍ਰੋਬਲਮ ਹੈ, ਨਵੇਂ ਯੰਗਸਟਰ ਨੂੰ ਚਾਂਸ ਮਿਲੂਗਾ। ਜੋ ਹਮ ਸਾਥ ਮੇਂ